ठाकुर कहंदा कि ठाकुरां दा खून गर्म हुंदा, जे ठाकुरां दा खून इन्ना ही गर्म हुंदा तां भेजो उन्हां नूं चाइना दे बॉर्डर ते। मैनूं सिद्धू वीरे ने भी ऐ कहा सी जदों मैं उन्हां नूं मिलन गई, उन्हां ने भी ऐ कहा सी, कहंदा अश्मीन कहंदा अपने, कहंदा अपने जिले दा, अपने गोद दा, कहंदा नाम तू रोशन करना, कहंदा एक दिन एड्डी बड़ी बनी तू, ऐ कहेगी वह कुड़ी सिद्धुआं दी है। अक्षय कुमार नूं इंटरव्यू दिंदा, कदे रविश कुमार नूं भी इंटरव्यू दे के देखे जा डरदा उन्हां दे सवालां तों, ना किसी तों डरो, कहंदा ओह हर इक नूं करा हुंदा वी डरो ना किसे तों, इह वेरी गुड। राज करना नहीं आता, राज करना सीखना तो सीखो खालसे तो। राज किया महाराजा रणजीत सिंह जी ने, राज किया श्री गुरु तेग बहादुर जी ने। जम्मा सिर खुद गलत है, जो मेरे मूहरे भगवान तुमान लैके खड़ा दो ना, वो तो इन्ने खरे खरे सवाल पूछू सवाल नहीं आना। असि चरखे वाले नहीं चरखड़िया वाले हाँ। ये कहंदे जी तकलीफा किनिया चलिया, दस्तारा नू पता, मिलिया ने किनिया महंगिया, सरदारा नू पता। पर जदों भी कोई कुड़ी घर तो बाहर जांदी है तो उसके प्यो की पग उसके नाल नाल जांदी है। किदे विच जिहड़े कामयाब होए ने, जिवें हुण दलजीत दसांझ की गल करा, वह गुरु घर तो उहदी गायकी शुरू हुई है। इहदी खासियत यह है कि दिल्ली अंदोलन दे विच इहदा बहुत वड्डा योगदान है। हुण जिथे भी किते कोई धरना आउंदा, हर एक धरने दे विच इह जांदी है। एक तो पढ़ाई तो दूजी हैगी जिहड़ी थोड़ी कलाकारी। तुसीं मुंडे नशे लगते हैं, मुंडे जो नशे लगते हैं कि वो अपने माँ बाप की इज्जत खराब करते नहीं है। जो कलाकार लीडर या कोई भी समाज के नाम वड्डा होंगे वह पता किवें बनते हैं, जिहड़ा बंदा कितने किसी तो संगूगा नहीं। पुत पहुंच गया पिंड रूह रह गई हाल दाख, तहां मरी ना तू बेबे मेरी वेख वेख लाश। धरने मूहरे ला लेने धरने च पूरा बोल दिया है ना। मजबूर करता सानू बोलन लई। मैं क्या कौन अमरीका दा राष्ट्रपति गायक जिहदियां भी गल्लां करोगे चाहे एक्टर दियां गल्लां करोगे, वो जिहड़े माड़े समें च निकलिया होई आ, अमीरां दे धी पुत्त बुलंदियां नूं नहीं छू सकदे। ਇਹ ਕਹਿੰਦੇ ਮੇਰੇ ਨਾਲ ਕੋਈ ਇੰਟਰਵਿਊ ਨਹੀਂ ਕਰਦਾ, ਹੁਣ ਤੇਰੀ ਇੰਟਰਵਿਊ ਸਾਰੇ ਹੀ ਕਰਿਆ ਕਰਨਗੇ। ਤੇਰੀ ਸ਼ਾਬਾਸ਼ ਸ਼ਾਬਾਸ਼, ਤੇਰਾ ਆਪਣੀ ਕੰਮ ਕਰਨਾ ਹੈ। ਪਿਛਲੇ 4 ਦਿਨਾਂ ਦੇ ਵੀਰੇ ਤੁਹਾਡੇ ਅੰਜੀ ਚ ਫੋਨ ਲਗਾ ਰਹੀ ਸੀ, ਮੈਂ ਕਿਹਾ ਵੀਰ ਜੀ ਨਾਲ ਗੱਲ ਕਰਾ ਦਿਓ, ਕਹਿੰਦੇ ਵੀਰ ਜੀ ਨੇ ਲੈ ਵੀ ਜਿਹੜੀ ਮੇਰੇ ਨਾਲ ਛੋਟੀ ਜੀ ਬੱਚੀ ਬੈਠੀ ਹੈ, ਗੱਲ ਇਹ ਆ ਵੀ ਤੁਸੀਂ ਇਹ ਵੀਡੀਓ ਨੂੰ ਸੁਣਨਾ ਪੂਰੀਆਂ, ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਣਾ ਹੈ। ਮੈਨੂੰ ਕੁੜੀ ਦਿੱਲੀ ਧਰਨੇ 'ਤੇ ਮਿਲੀ ਸੀਗੀ, ਖਾਸ ਕਰਕੇ ਜਿਹੜੀ ਇਹ ਸਾਡੀ ਗੱਲਬਾਤ ਆ, ਜਿਵੇਂ ਕਿ ਆਪਾਂ ਕਹਿ ਦਈਏ ਹੁਣ ਪੋਡਕਾਸਟ ਚੱਲਿਆ ਹੋਇਆ, ਸਾਡੀ ਇਹ ਗੱਲਬਾਤ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਉਣੀ ਬੜੀ ਜ਼ਰੂਰੀ ਹੈ ਕਿ ਬੱਚੇ ਤੁਹਾਡੇ ਕਾਮਯਾਬ ਕਿਵੇਂ ਹੋ ਸਕਦੇ ਨੇ। ਇਹ ਛੋਟੀ ਜਿਹੀ ਸਾਡੀ ਧੀ ਆ ਅਤੇ ਇਹਦਾ ਪਿੰਡ ਹੈਗਾ ਆਪਣਾ ਅਕਲੀਆ ਪਿੰਡ। ਕੱਲ੍ਹ ਪਰਸੋਂ ਇਹਨੇ ਬਹੁਤ ਤਕੜਾ ਜਿਹੜੇ ਕੰਮ ਕੀਤਾ ਅਤੇ ਹਰ ਇੱਕ ਇਹ ਮੈਕ ਦੇ ਵਿੱਚ ਬੋਲਦੀ ਆ, ਹਰ ਇੱਕ ਅੰਦੋਲਨ 'ਤੇ ਜਾ ਕੇ ਬੋਲਦੀ ਆ। 15 ਸਾਲ ਦੀ ਇਹਦੀ ਉਮਰ ਹੈ, 11ਵੀਂ ਕਲਾਸ ਦੇ ਵਿੱਚ ਪੜ੍ਹਦੀ। ਮੈਨੂੰ ਇਹ ਵੀ ਇਹੋ ਜਿਹੀਆਂ ਗੱਲਾਂ ਬਾਤਾਂ ਤੁਸੀਂ ਆਪਣੇ ਨਿਆਣਿਆਂ ਨੂੰ ਸਿਖਾਓ ਤਾਂ ਬੱਚਿਆਂ ਨੂੰ ਸਿਖਾਓ ਤਾਂ ਬੱਚੇ ਅੱਗੇ ਵੱਧ ਸਕਦੇ ਨੇਗੇ, ਹੈ ਨਾ। ਅਤੇ ਆਪਣਾ ਕੀ ਕਹਿੰਦੇ ਹੋਏ ਨੇਗੇ, ਕੱਲ੍ਹ ਫਿਰ ਕੀ ਗੱਲ ਹੋਈ ਸੀਗੀ ਜਿਹੜੀ ਥਾਣੇ ਵਾਲੀ, ਕੀ ਗੱਲ ਹੋਈ ਸੀਗੀ? ਇਹ ਦੋ ਭੈਣਾਂ ਹੀ ਭੈਣਾਂ ਨੇਗੀਆਂ। ਚੱਲ ਹਾਂ, ਉਹ ਐਂ ਸੀ ਵੀਰ ਜੀ, ਮੇਰੇ ਪਾਪਾ ਜਦੋਂ ਗਏ ਹੋਏ ਸੀ, ਮੇਰੇ ਪਾਪਾ ਹੈ ਨਹੀਂ ਸੀ ਉਰੇ, ਉਹ ਮੇਰੇ ਉਹਨੇ ਥਾਂ ਥੂੰ ਦਾ ਰੌਲਾ ਪੈ ਗਿਆ ਸੀ ਜੀ ਉਹਨਾਂ ਦਾ। ਅੱਛਾ। ਤੇ ਵੀਰ ਜੀ ਉਹ ਮੇਰੇ ਤਾਇਆ ਜੀ ਕਹਿੰਦੇ ਥਾਂ ਲੈਤਾ ਸੀ ਦੂਜੇ ਤਾਇਆ ਜੀ ਕੇ ਤੋਂ। ਚੱਲ ਕੋਈ ਗੱਲ ਸੀ, ਥਾਣੇ ਦੇ ਵਿੱਚ ਚਲੇ ਗਈ, ਫਿਰ ਥਾਣੇਦਾਰ ਤੈਨੂੰ ਕੀ ਕਹਿੰਦਾ? ਉਹਨਾਂ ਨੇ ਐਂ ਕਿਹਾ ਸੀਗਾ ਵੀਰੇ, ਕਹਿੰਦੇ ਉਹ ਤਾਂ ਕਹਿੰਦੇ ਸ਼ਾਮਲਾਟ ਦਾ ਥਾਂ ਗਾ। ਉਹਨਾਂ ਨੂੰ ਆਖਿਆ, ਮੈਂ ਕਿਹਾ ਅਸੀਂ ਸ਼ਾਮਲਾਟ ਵਾਲੇ ਨੇ, ਤੇ ਮੈਂ ਕਿਹਾ ਆਪਦੀ ਕੰਧ ਕੱਢ ਲਈ ਸੀ, ਮੈਂ ਕਿਹਾ ਉਹ ਥਾਂ ਕਿੱਥੋਂ ਹੋਵੇਗਾ। ਤੇ ਉਹ ਬਸ ਐਵੇਂ ਮੇਰੇ ਨਾਲ ਗੱਲਾਂ ਜਿਹੀਆਂ ਕਰੀ ਗਏ ਜੀ, ਕਹਿੰਦੇ ਐ ਹੋਊਗਾ ਜੀ ਐ ਹੋਊਗਾ। ਮੈਂ ਕਿਹਾ ਮੈਂ ਫਿਰ ਕਹਿਤਾ, ਮੈਂ ਕਿਹਾ ਸਰ ਕੋਈ ਨਾ ਜੀ, ਮੈਂ ਆਪੇ ਦੇਖ ਲੂ ਹੁਣ। ਅੱਛਾ, ਠਾਣੇਦਾਰ ਨੂੰ ਕਹਿਤਾ ਮੈਂ ਆਪੇ ਦੇਖ ਲੂ ਹੁਣ? ਤਾਂ ਮੈਂ ਕਿਹਾ ਸਰ ਮੈਂ ਆਪੇ ਦੇਖ ਲੂ। ਆਪੇ ਦੇਖ ਲੂ, ਫਿਰ ਤੂੰ ਰਿਕਾਰਡਿੰਗ ਕਰ ਲਈ ਹੈ? ਹਾਂਜੀ, ਮੈਂ ਸਾਰੀ ਰਿਕਾਰਡਿੰਗ ਕਰ ਲਈ ਸੀ। ਫਿਰ ਬਾਅਦ 'ਚ ਫਿਰ ਤੇਰੇ ਮਿੰਤਾ ਕਰੇ ਹੈ? ਹਾਂਜੀ। ਕਹਿਣ ਦਾ ਭਾਵ ਇਹ ਕਹਿੰਦੀ ਨਾ, ਕਹਿੰਦੀ ਵੀ ਮੈਂ ਤੈਨੂੰ ਬਾਈ ਬਹੁਤ ਦੇਖਦੀ ਹਾਂ, ਹੈ ਨਾ। ਇਹਨੇ ਜਿਹੜੀ ਗੱਲ ਕਹੀ, ਜਿਹੜੀ ਮੈਂ ਹਰ ਇੱਕ ਨੌਜਵਾਨ ਨੂੰ ਕਹਿਣਾ ਹੁੰਦਾ, ਹਰ ਇੱਕ ਲੋਕਾਂ ਨੂੰ ਕਹਿਣਾ ਹੁੰਦਾ,
ਵੀ ਆਪਾਂ ਥੋੜ੍ਹੇ ਜਿਹਾ ਆਪਣੇ ਹੱਕਾਂ ਲਈ ਤਕੜੇ ਹੋਈਏ। ਜੇ ਤੁਹਾਡਾ ਹੱਕ ਹੈ, ਜੇ ਤੁਸੀਂ ਆਪਣੇ ਹੱਕਾਂ ਲਈ ਬੋਲੋਗੇ ਤਾਂ ਹੀ ਤੁਸੀਂ ਸਮਾਜ ਦੇ ਹੱਕਾਂ ਲਈ ਬੋਲ ਸਕਦੇ ਹੋ। ਹੁਣ ਬਾਹਲੇ ਕੀ ਕਰਨਗੇ, ਦੂਜੇ ਬੰਦੇ ਕੋਲ ਉੱਧਰ ਭੱਜ ਲੈਣਗੇ, ਕਿਸੇ ਕੋਲ ਮਦਦ ਲੈਣ ਭੱਜ ਲੈਣਗੇ ਵੀ ਮੇਰੀ ਮਦਦ ਕਰ। ਹੁਣ ਇਹ ਕੁੜੀ ਨੇ ਜਾ ਕੇ ਉਹਨੂੰ SHO ਨੂੰ ਇਕੱਲੇ ਨੂੰ ਬਾਣੀ ਪਾਤਾ ਵੀ ਦੇਖੋ ਆ ਮੈਂ ਇੱਥੇ ਆ, ਮੈਂ ਸਹੀ ਹਾਂ, ਸਾਡਾ ਹੱਕ ਆ, ਇਹ ਸਾਡਾ ਹੱਕ ਬਣਦਾ। ਛੋਟੀ ਜਿਹੀ 15 ਸਾਲ ਦੀ ਕੁੜੀ ਹੈ, ਕਿੰਨੀ ਕਿਹਦੀ ਉਮਰ ਹੈ, ਕਿੰਨੀ ਇਹ ਜਿਹੜੀ ਗੱਲ ਤੋਂ ਸਿੱਖਣ ਨੂੰ ਮਿਲਦੀ ਹੈ। ਅਤੇ ਫਿਰ ਕੀ ਕਹਿੰਦਾ, ਤੇਰਾ ਮਸਲਾ ਹੱਲ ਕਰ ਦਿਉ। ਉਹ ਕਹਿੰਦੇ ਮੈਂ ਤੁਹਾਡੇ ਮਸਲਾ ਕਹਿੰਦੇ ਪਰਸੋਂ ਨੂੰ ਦੇਖੂੰਗਾ। ਮੈਂ ਕਿਹਾ ਸਰ ਮੈਂ ਤੁਹਾਨੂੰ ਫੋਨ ਲਾਇਆ ਕੱਲ੍ਹ, ਮੈਨੂੰ ਕਹਿੰਦੇ ਪਰਸੋਂ ਲਈ। ਮੈਂ ਕਿਹਾ ਮੈਨੂੰ ਕਹਿੰਦੇ ਤੁਸੀਂ ਮੇਰਾ ਫੋਨ ਨਹੀਂ ਚੱਕਿਆ। ਮੈਂ ਕਿਹਾ ਮੈਂ ਕਿਉਂ ਚੱਕਾਂ, ਪਹਿਲਾਂ ਤੂੰ ਚੱਕ ਮੇਰਾ ਫੋਨ। ਮੈਂ ਕਿਹਾ ਮੈਂ ਨੀ ਚੱਕਦੀ, ਮੈਨੂੰ ਕੀ ਲੋੜ ਹੈ, ਮੈਂ ਕਿਹਾ ਮੈਂ ਤਾਂ ਕੱਢਣ ਦੀ ਤੇਰੀ ਆ। ਮੈਂ ਕਿਹਾ ਮੈਂ ਆਪਦਾ ਆਪ ਮਸਲਾ ਹੱਲ ਕਰੂ। ਮੈਂ ਕਿਹਾ ਮੈਂ ਧਰਨਾ ਲਾ ਕੇ ਬੈਠੂ, ਨਾ ਆਉਣ ਦੇ ਮਾਂ, ਨਾ ਬਾਹਰੇ ਜਾਣ ਦੇ ਮਾਂ। ਅੱਛਾ, ਬਸ ਦੇਖ ਮੈਂ ਤੈਨੂੰ ਗੱਲ ਦੱਸਦਾ, ਸਮਾਜ ਦਾ ਜਿਹੜਾ ਬਹੁਤ ਜਿਹੜਾ ਸਿਸਟਮ ਆ ਗੰਦਲਾ, ਇਹਦੇ ਲਈ ਤੁਹਾਨੂੰ ਸਟਰੋਂਗ ਬਣ ਕੇ ਲੜਨਾ ਪੈਣਾ, ਠੀਕ ਹੈ। ਜਿਵੇਂ ਤੇਰੇ ਜੇ ਜਜ਼ਬਾ, ਜਿਵੇਂ ਤੂੰ ਦਿੱਲੀ ਧਰਨੇ ਤੋਂ ਲੈ ਕੇ ਤੇਰੇ ਬੋਲਣ ਦੀ ਸ਼ੁਰੂਆਤ ਹੋਈ ਹੋਈ ਆ ਮਾਈਕਾਂ ਦੇ ਵਿੱਚ, ਹੈ ਨਾ, ਮੈਕ ਜੀ ਵਿੱਚ ਹੀ ਬੋਲਣ ਦੀ, ਹੈ ਨਾ। ਇੱਕ ਤੂੰ ਉਹ ਸੁਣਾ ਜਿਹੜਾ ਮੈਨੂੰ ਉਹ ਤਾਂ ਦਿੱਲੀ ਧਰਨੇ ਦੇ ਬੈਠੇ ਲਿਖਿਆ ਸੀਗਾ, ਆਹ ਸੁਣਨ ਵਾਲੀ ਗੱਲ ਆ ਬਾਈ। ਪੰਜਾਬ ਦੀ ਇਸ ਬਰਾਬਤ ਨੂੰ ਦੇਖ ਕੇ ਸਰਕਾਰ ਦੀ ਨੀਂਦ ਉੱਚੀ ਬੜਾ ਉੱਚੀ ਉੱਚੀ। ਕੁਝ ਲੋਕ ਕਹਿੰਦੇ ਸੀ ਸਰਕਾਰ ਨੂੰ ਫਰਕ ਨਹੀਂ। ਦੁਬਾਰਾ 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 ਸ਼ੁਰੂ ਤੋਂ। ਪੰਜਾਬ ਦੀ ਇਸ ਬਰਾਬਤ ਨੂੰ ਦੇਖ ਕੇ ਸਰਕਾਰ ਦੀ ਨੀਂਦ ਹਰਾਮ ਹੋਈ ਸੀ। ਕੁਝ ਲੋਕ ਕਹਿੰਦੇ ਸੀ ਸਰਕਾਰ ਨੂੰ ਫਰਕ ਹੀ ਨਹੀਂ ਪੈਂਦਾ, ਪਰ ਮੈਨੂੰ ਲੱਗਦਾ ਹੈ ਸਰਕਾਰ ਨੂੰ ਫਰਕ ਪਿਆ। ਤਾਂਹੀਓ ਤਾਂ ਪੰਜਾਬ ਵਿੱਚ ਆਉਣ ਵਾਲੀਆਂ ਸਾਰੀਆਂ ਟ੍ਰੇਨਾਂ ਰੋਕ ਦਿੱਤੀਆਂ ਜਾਂਦੀਆਂ, ਕਦੇ ਦਲਿਤਾਂ ਦੇ ਹੱਕ ਵਿੱਚ ਰੈਲੀ ਕੱਢੀ ਜਾਂਦੀ ਤਾਂ ਕਦੇ ਕਿਤੇ BJP ਲੀਡਰ ਦੀ ਗੱਡੀ ਭੰਨੀ ਜਾਂਦੀ। ਤੁਹਾਡਾ ਇੱਕ ਠਾਕੁਰ ਕਹਿੰਦਾ ਏ ਕਿ ਠਾਕੁਰਾਂ ਦਾ ਖੂਨ ਗਰਮ ਹੁੰਦਾ। ਜੇ ਠਾਕੁਰਾਂ ਦਾ ਖੂਨ ਇੰਨਾ ਹੀ ਗਰਮ ਹੁੰਦਾ ਤਾਂ ਭੇਜੋ ਉਹਨਾਂ ਨੂੰ ਚਾਈਨਾ ਦੇ ਬਾਰਡਰ 'ਤੇ, ਕਿਉਂ ਨਹੀਂ ਭੇਜਦੇ। ਮੋਦੀ ਕਹਿੰਦਾ ਮੈਂ ਬਹੁਤ ਵਿਕਾਸ ਕੀਤਾ। ਜੇ ਇੰਨਾ ਹੀ ਵਿਕਾਸ ਕੀਤਾ ਫਿਰ ਸਵਾਲਾਂ ਤੋਂ ਕੋਈ ਭੱਜਦਾ। ਮੋਦੀ ਅਕਸ਼ੇ ਕੁਮਾਰ ਨੂੰ ਇੰਟਰਵਿਊ ਦਿੰਦਾ, ਕਦੇ ਰਵੀਸ਼ ਕੁਮਾਰ ਨੂੰ ਵੀ ਇੰਟਰਵਿਊ ਦੇ ਕੇ ਦੇਖੇ ਜਾਂ ਡਰਦਾ ਉਹਨਾਂ ਦੇ ਸਵਾਲਾਂ ਤੋਂ। ਮੈਨੂੰ ਲੱਗਦਾ ਤੁਹਾਨੂੰ ਰਾਜ ਕਰਨਾ ਨਹੀਂ ਆਉਂਦਾ। ਰਾਜ ਕਰਨਾ ਸਿੱਖਣਾ ਤਾਂ ਸਿੱਖੋ ਖਾਲਸੇ ਤੋਂ। ਰਾਜ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ, ਰਾਜ ਕੀਤਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ। ਉਹਨੂੰ ਕਹਿੰਦੇ ਆ ਲੋਕਾਂ ਦਾ ਰਾਜ। ਲੋਕਾਂ ਨੂੰ ਜਾਤਾਂ ਪਾਤਾਂ ਧਰਮਾਂ 'ਚ ਲੜਾ ਕੇ ਰਾਜ ਨਹੀਂ ਹੁੰਦੇ, ਉਹ ਸਿਆਸਤ ਹੁੰਦੀ ਹੈ। ਅਸੀਂ ਚਰਖੇ ਵਾਲੇ ਨਹੀਂ, ਚਰਖੜੀਆਂ ਵਾਲੇ ਹਾਂ। ਇਹ ਜੋ ਸਾਡੇ ਸਿਰ 'ਤੇ ਪੱਗਾਂ ਨੇ ਐਵੇਂ ਨਹੀਂ ਮਿਲੀਆਂ, ਬਹੁਤ ਕੁਰਬਾਨੀਆਂ ਕਰਕੇ ਮਿਲੀਆਂ ਨੇ। ਕਹਿੰਦੇ ਜੀ ਤਕਲੀਫਾਂ ਕਿੰਨੀਆਂ ਚੱਲੀਆਂ, ਦਸਤਾਰਾਂ ਨੂੰ ਪਤਾ, ਮਿਲੀਆਂ ਨੇ ਕਿੰਨੀਆਂ ਮਹਿੰਗੀਆਂ, ਸਰਦਾਰਾਂ ਨੂੰ ਪਤਾ, ਪਰ ਕੋਈ ਕੱਪੜਾ ਨਹੀਂ, ਇੱਜ਼ਤ ਆ ਸਾਡੀ। ਜਦੋਂ ਵੀ ਕੋਈ ਕੁੜੀ ਘਰ ਤੋਂ ਬਾਹਰ ਜਾਂਦੀ ਹੈ ਤਾਂ ਉਸਦੇ ਪਿਓ ਦੀ ਪੱਗ ਉਸਦੇ ਨਾਲ ਨਾਲ ਜਾਂਦੀ ਹੈ। ਮੈਨੂੰ ਅੱਜ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ, ਅਸੀਂ ਆਪਣੇ ਹੀ ਘਰਾਂ ਵਿੱਚ ਆਪਣੀ ਹੀ ਪੱਗ ਨੂੰ ਸੰਭਾਲ ਨਹੀਂ ਪਾਉਂਦੇ। ਉਹੀ ਪੱਗ ਬੰਨ ਕੇ ਕੁੜੀ ਵਾਲਿਆਂ ਤੋਂ ਦਾਜ ਲੈਂਦੇ ਹਾਂ, ਉਹੀ ਪੱਗ ਬੰਨ ਕੇ ਕਿਸੇ ਦੀ ਧੀ ਭੈਣ ਬਾਰੇ ਗਲਤ ਕਮੈਂਟ ਕਰਦੇ ਹਾਂ। ਜੇ ਕੋਈ ਮੇਰਾ ਵੀਰ ਪੱਗ ਬੰਨ ਕੇ ਕਿਸੇ ਦੀ ਧੀ ਭੈਣ ਬਾਰੇ ਗਲਤ ਕਮੈਂਟ ਕਰੇ ਤਾਂ ਉਸਨੂੰ ਜਾ ਕੇ ਕਿਹੋ, ਜਾਂ ਪੱਗ ਲਾ ਦੇ ਜਾਂ ਫਿਰ ਸੋਚ ਬਦਲ ਲਾ। ਇਹ ਪੱਗ ਸਾਨੂੰ ਸਾਡੇ ਗੁਰੂਆਂ ਨੇ ਇੱਜ਼ਤਾਂ ਦੀ ਰਾਖੀ ਕਰਨ ਨਹੀਂ ਦਿੱਤੀ ਆ, ਇੱਜ਼ਤਾਂ ਉਛਾਲਣ ਵਾਸਤੇ ਨਹੀਂ ਦਿੱਤੀ। ਇਹ ਸਾਰਾ ਨਾ ਵੀਰੋ, ਤੁਸੀਂ ਜਿੰਨੇ ਵੀ ਮੇਰੇ ਭੈਣ ਭਰਾ ਸੁਣ ਰਹੇ ਹੋ, ਸਾਰਾ ਕੁੜੀ ਨੇ ਆਪ ਲਿਖਿਆ ਨੇ। 15 ਸਾਲ ਦੀ ਛੋਟੀ ਉਮਰ ਵਿੱਚ ਕਿੰਨਾ ਲਿਖਣ ਦਾ ਜਜ਼ਬਾ ਹੈ, ਕਿੰਨਾ ਪੜ੍ਹਨ ਦੇ ਵਿੱਚ ਵੀ ਹੁਸ਼ਿਆਰ ਹੈ। ਆਪਾਂ ਕਹਿੰਦੇ ਬੱਚਿਆਂ ਨੂੰ ਸਿੱਖਿਆ ਦੇਣੀ, ਬੱਚਿਆਂ ਨੂੰ ਐਵੇਂ ਉਭਾਰਨਾ ਬੜੀ ਜ਼ਰੂਰੀ ਹੈ। ਇਹ ਛੋਟੀ ਉਮਰ ਦੇ ਵਿੱਚ ਕੁੜੀ ਨੇ ਲਿਖ ਲਾ ਦਿੱਲੀ ਧਰਨੇ ਤੋਂ ਬੋਲਣਾ ਸ਼ੁਰੂ ਕਰਿਆ, ਕਿੰਨੀਆਂ ਇਹਨੇ ਚੰਗੀਆਂ ਗੱਲਾਂ ਜਿਹੜੀਆਂ ਲਿਖੀਆਂ ਉਹਦੇ ਵਿੱਚ, ਹੈ ਨਾ। ਅਤੇ ਜਾਂ ਫਿਰ ਲੀਡਰ ਬਣਨਾ ਜਾਂ ਫਿਰ ਤੈਂ ਕੋਈ ਅਫਸਰ ਬਣਨਾ, ਤੇਰਾ ਕੀ ਮੈਨੂੰ ਇੰਨਾ ਦੱਸ ਵੇ ਤੈਨੂੰ ਮੈਂ ਪਤਾ ਗੱਲ ਆ, ਆਪਾਂ ਭੈਣ ਭਰਾ ਆ, ਤੂੰ ਮੇਰੀ ਦੇਖ ਛੋਟੀ ਮੇਰੀ ਧੀ ਵੀ ਆ ਅਤੇ ਉਹਦੇ ਵਾਂਗੂ ਆ, ਹੈ ਨਾ, ਤੇਰੀ 15 ਸਾਲ ਦੀ ਉਮਰ ਹੈ ਅਤੇ ਤੂੰ ਮੇਰੀ ਛੋਟੀ ਭੈਣ ਵੀ ਆ, ਹੈ ਨਾ। ਹੁਣ ਮੈਨੂੰ ਇਹ ਦੱਸ, ਆਪਾਂ ਵੈਸੇ ਹੀ ਗੱਲਾਂ ਕਰਦੇ ਹਾਂ, ਵੀ ਤੇਰਾ ਬਣਨ ਨੂੰ ਕੀ ਦਿਲ ਕਰਦਾ? ਸਿੰਗਰ ਬਣਨ ਨੂੰ ਦਿਲ ਕਰਦਾ? ਦੇਖ ਇੱਕ ਤਾਂ ਦੇਖ ਤਾਂ ਸਿੰਗਰ ਬਣਨ ਦਾ ਤੇਰਾ ਦਿਲ ਕਰਦਾ, ਹੁਣ ਤੂੰ ਤੇਰੀ ਨਾ ਇੱਕ ਡੁੱਬਦਾ ਵੀ ਮੈਂ ਕੀ ਕਰਾਂ। ਜੇ ਤਾਂ ਸਿੰਗਰ ਬਣਨਾ, ਇਹਦੇ ਵਿੱਚ ਤੈਨੂੰ ਮੈਂ ਰਾਏ ਦਿੰਦਾ, ਇੱਕ ਤਾਂ ਸਭ ਤੋਂ ਪਹਿਲਾਂ ਤੇਰੀ ਪੜ੍ਹਾਈ ਹਰ ਇੱਕ ਥਾਂ 'ਤੇ, ਕੁਛ ਵੀ ਤਾਂ ਵੱਡੀ ਹੋ ਕੇ ਬਣਨਾ, ਤੇਰੀ ਪੜ੍ਹਾਈ ਸਭ ਸਾਰੇ ਥਾਵਾਂ 'ਤੇ ਕੰਮ ਆਊ। ਜਿਸ ਹਿਸਾਬ ਨਾਲ ਤੇਰੇ 'ਚ ਆਹ ਚੀਜ਼ਾਂ ਕੋਈ ਨਹੀਂ ਲਿਖ ਸਕਦਾ, ਕੱਲ੍ਹ ਨੂੰ ਬਹੁਤ ਵੱਡੀ ਤੂੰ ਰਾਈਟਰ ਵੀ ਬਣ ਸਕਦੀ ਹੈ। ਜਿਹੜੀਆਂ ਚੀਜ਼ਾਂ ਤਾਂ ਲਿਖੀਆਂ ਨੇ ਨਾ, ਇਹ ਲਿਖਣ ਦਾ ਜਜ਼ਬਾ ਤੇਰੇ 'ਚ ਹੁਣੀ ਇੰਨੀ ਛੋਟੀ ਉਮਰ ਸ਼ੁਰੂ ਹੋਗਾ, 2 ਸਾਲ ਪਹਿਲਾਂ ਤਾਂ ਗੱਲ ਲਿਖੀ ਹੋਣੀ ਅੰਦੋਲਨ, 1.5 ਸਾਲ ਤਾਂ ਹੋਈ ਗਿਆ। ਤੂੰ 14 13 4.5 ਸਾਲ ਦੀ ਤਾਂ ਇਹ ਗੱਲਾਂ ਲਿਖੀਆਂ ਹੋਣੀਆਂ ਨੇ, ਕਿੰਨੀਆਂ ਤੇਰੇ ਗੱਲਾਂ ਘੱਟ ਲਿਖੀਆਂ ਗਈਆਂ ਬੇਟਾ। ਗੱਲ ਅਸਲ ਦੇ ਵਿੱਚ ਅੱਗੇ ਬੱਚੇ ਤੇਰੀ ਇਹ ਆ ਜਿਹੜੀ ਮੈਂ ਤੈਨੂੰ ਗੱਲ ਕਹਿਣਾ, ਸਿੰਗਰ ਬਣਨਾ ਤਾਂ ਉਹਦੇ ਲਈ ਤੈਨੂੰ ਕੀ ਕਰਨਾ ਪੈਣਾ, ਚੰਗਾ ਸਿੰਗਰ ਚੰਗਾ ਕਲਾਕਾਰ ਬਣ ਸਕਦਾ ਉਹਦੇ ਲਈ ਤੈਨੂੰ ਇੱਕ ਤਾਂ ਪੜ੍ਹਾਈ ਅਤੇ ਦੂਜੀ ਇਸ ਤੋਂ ਬਾਅਦ ਤੈਨੂੰ ਨਾ ਜਿਵੇਂ ਕਿ ਗੁਰੂ ਘਰਾਂ ਦੇ ਵਿੱਚ ਤੈਨੂੰ ਹੁਣ ਸਿੱਖਣਾ ਪੈਣਾ। ਹੁਣ ਜਿਵੇਂ ਮੈਂ ਤੇਰੀ ਆਵਾਜ਼ ਸੁਣੀ, ਤੇਰੀ ਆਵਾਜ਼ ਬਹੁਤ ਵਧੀਆ ਬਣ ਸਕਦੀ ਆ, ਤੇਰੀ ਆਵਾਜ਼ ਤੇਰੇ 'ਚ ਗਾਉਣ ਦੀ ਕਲਾ, ਹੁਣ ਤੇਰੀ ਆਵਾਜ਼ ਵਧੀਆ ਕਿਵੇਂ ਬਣ ਸਕਦੀ? ਸੁਣਨ ਵਾਲੀ ਗੱਲ ਇਹ ਹੈ ਕਿ ਉਹਨੂੰ ਆਪਾਂ ਨਾ ਉਹਨੂੰ ਪ੍ਰੈਕਟਿਸ ਕਰਨੀ ਆ, ਉਹਦੀ ਤਿਆਰੀ ਕਰਨੀ ਆ ਗਲੇ ਦੀ, ਆਵਾਜ਼ ਕੱਢਣ ਦੀ। ਮੈਕ ਦੇ ਵਿੱਚ ਬਹੁਤ ਚੰਗਾ ਬੋਲਣਾ ਸਿੱਖ ਕੇ, ਜਿਹੜਾ ਗਾਉਣਾ ਹੁੰਦਾ, ਜਿਹੜਾ ਗਾਇਕ ਹੁੰਦਾ, ਉਹ ਕਿਵੇਂ ਗਾ ਸਕਦਾ ਹੁੰਦਾ,
ਉਹਦੀ ਆਵਾਜ਼ ਇੱਕ ਸੁਰੀਲੀ ਅਤੇ ਇੱਕ ਗਲੇ ਦੇ ਵਿੱਚੋਂ ਐਨ ਸ਼ਬਦ ਬਹੁਤ ਵਧੀਆ ਤਾਂ ਨਿਕਲਦੇ ਜੇ ਉਹਦੀ ਪ੍ਰੈਕਟਿਸ ਹੋਊ। ਸਾਫ਼ ਜੀ ਗੱਲ ਇਹ ਆ ਕਿ ਜੇ ਆਪਾਂ ਕਿਸੇ ਵੀ ਚੀਜ਼ ਨੂੰ ਜੇ ਆਪਾਂ ਮੰਨ ਕੇ ਚੱਲ ਵੀ ਆਪਾਂ ਭਾਂਡੇ ਨੂੰ ਧੋਵਾਂਗੇ ਤਾਂ ਸਾਫ਼ ਹੀ ਹੋਊਗਾ ਨਾ ਉਹ, ਗਲੇ ਦੀ ਆਪਾਂ ਵਾਰ ਵਾਰ ਪ੍ਰੈਕਟਿਸ ਕਰਾਂਗੇ ਤਾਂ ਉਹੀ ਹੋਊ। ਹੁਣ ਤੈਨੂੰ ਉਹ ਪ੍ਰੈਕਟਿਸ ਗੁਰੂ ਘਰ ਦੇ ਵਿੱਚ ਹਾਰਮੋਨੀਅਮ ਸਿੱਖ ਲਈ ਭਾਈ ਜੀ ਤੋਂ, ਵੀ ਮੈਨੂੰ ਹਾਰਮੋਨੀਅਮ ਸਿਖਾਓ, ਸ਼ਬਦ ਕੀਰਤਨ, ਨਾਲ ਤਾਂ ਗੁਰੂ ਦਾ ਉੱਥੇ ਜਸ ਗਾਇਆ, ਨਾਲ ਗੁਰੂ ਦਾ ਜਸ ਗਾਏਂਗੀ ਅਤੇ ਨਾਲੇ ਤੇਰੀ ਗਾਇਕੀ ਸ਼ੁਰੂ ਹੋ ਜੂਗੀ। ਸਮਝ ਆ ਗਈ ਤੈਨੂੰ ਗੱਲ? ਗਾਇਕੀ ਦੇ ਵਿੱਚ ਜਿਹੜੇ ਕਾਮਯਾਬ ਹੋਏ ਨੇ, ਜਿਵੇਂ ਹੁਣ ਦਿਲਜੀਤ ਦਸਾਂਝ ਦੀ ਗੱਲ ਕਰਾਂ, ਉਹ ਗੁਰੂ ਘਰ ਤੋਂ ਉਹਦੀ ਗਾਇਕੀ ਸ਼ੁਰੂ ਹੋਈ ਹੈ। ਉੱਥੇ ਉਹ ਸ਼ਬਦ ਗਾਇਨ ਕਰਦਾ ਸੀ, ਹਾਰਮੋਨੀਅਮ ਬਣਾਉਣ ਵਜਾਉਣ ਜਾਣਦਾ ਸੀ, ਉਹਦੀ ਗਾਇਕੀ ਦੀ ਸ਼ੁਰੂਆਤ ਹੋ ਗਈ। ਦੋ ਤਿੰਨ ਕੁੜੀਆਂ ਨੇਗੀਆਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਨੇ ਕਿ ਗੁਰੂ ਘਰਾਂ ਦੇ ਵਿੱਚ ਸ਼ਬਦ, ਜਿਵੇਂ ਕਿ ਜਿੰਮੀ ਜੋਹਲ ਨੇ ਕੁੜੀ, ਕਈ ਕੁੜੀਆਂ ਨੇਗੀਆਂ ਜਿਹੜੀਆਂ ਗਾਇਕ ਬਣੀਆਂ ਨੇਗੀਆਂ, ਉਹ ਗੁਰੂ ਘਰਾਂ ਦੇ ਵਿੱਚ ਕੀਰਤਨ, ਉਹਨਾਂ ਨੂੰ ਹਾਰਮੋਨੀਅਮ ਬਣਾਉਣਾ ਆ ਗਿਆ, ਉਹਨਾਂ ਦੇ ਗਲੇ 'ਚੋਂ ਆਵਾਜ਼ ਨਿਕਲਣੀ ਸ਼ੁਰੂ ਹੋ ਗਈ। ਇਸ ਕਰਕੇ ਇੱਕ ਤਾਂ ਗਾਇਕ ਤੋਂ ਬਣ ਸਕਦੇ ਹਾਂ, ਇਸ ਕਰਕੇ ਅਗਲੀ ਜਿਹੜੀ ਤੇਰੀ ਬਹੁਤ ਵਧੀਆ ਸੋਚ ਆ ਵੀ ਮੈਂ ਦੇਖੋ ਗਾਇਕ ਬਣਨਾ ਅਤੇ ਨਾਲ ਮੈਂ ਸਮਾਜ ਲਈ, ਜਿਸ ਕਹਿੰਦੇ ਸਮਾਜ ਲਈ ਕੁਛ ਕਰਨਾ। ਦੇਖ ਇਹ ਬੱਚੀ ਵੀਡੀਓ ਦੇਖਦੀ ਆ, ਕਹਿੰਦੀ ਬਾਈ ਜਿਸ ਤਰ੍ਹਾਂ ਤੁਸੀਂ ਲੜਦੇ ਹੋ ਲੋਕਾਂ ਦੇ ਹੱਕਾਂ ਲਈ, ਉਸ ਤਰ੍ਹਾਂ ਕਹਿੰਦੀ ਮੈਂ ਸਮਾਜ ਲਈ ਵੀ ਕੁਛ ਨਾ ਕੁਛ ਕਰਨਾ, ਹੱਕਾਂ ਲਈ ਲੜਨਾ, ਹੈ ਨਾ? ਇਹੀ ਤੇਰੀ ਸੋਚ ਆ ਨਾ। ਦੇਖੋ ਸਮਾਜ ਲਈ, ਇਹਦੇ ਵਿੱਚ ਹੁਣ ਸਮਾਜ ਲਈ ਤੁਸੀਂ ਬਹੁਤ ਕੁਛ ਕਰ ਸਕਦੇ ਹੋ। ਜੋ ਤੁਸੀਂ ਚੰਗੇ ਇੱਕ ਆਰਟਿਸਟ ਬਣ ਗਏ, ਤੁਹਾਡੀ ਆਵਾਜ਼ ਹਰ ਇੱਕ ਥਾਂ 'ਤੇ ਪਹੁੰਚਣ ਲੱਗ ਗਈ, ਤੁਹਾਡਾ ਬਹੁਤ ਵੱਡਾ ਰੁਤਬਾ ਹੋ ਜਾਣਾ। ਇੱਕ ਹੁਣ ਫਿਲਹਾਲ ਤੈਨੂੰ, ਜਿਵੇਂ ਤੁਸੀਂ ਮੇਰੇ ਕੋਲ ਆ ਗਏ, ਤੁਹਾਨੂੰ ਇੱਕ ਚੀਜ਼ ਵੱਲ ਧਿਆਨ ਦੇਣਾ ਪੈਣਾ, ਇੱਕ ਤਾਂ ਪੜ੍ਹਾਈ ਅਤੇ ਦੂਜੀ ਹੈਗੀ ਆ ਜਿਹੜੀ ਤੁਹਾਡੀ ਕਲਾਕਾਰੀ। ਤੁਸੀਂ ਅਗਲਾ ਜਿਹੜਾ ਕਿਹਦਾ ਸਹਾਰਾ ਲੈਣਾ, ਅਗਲਾ ਸਹਾਰਾ ਲੈਣਾ ਤੁਸੀਂ ਸੋਸ਼ਲ ਮੀਡੀਆ ਦਾ। ਸਮਝ ਆਈ ਤੁਹਾਨੂੰ ਗੱਲ? ਚੰਗੀਆਂ ਚੀਜ਼ਾਂ ਜੇ ਸੋਸ਼ਲ ਮੀਡੀਆ 'ਤੇ ਆਪਾਂ ਬਣਾ ਕੇ ਪਾਵਾਂਗੇ ਤਾਂ ਚੰਗੀ ਪ੍ਰੇਰਤਾ ਮਿਲੂਗੀ। ਜਿਵੇਂ ਕਿ ਹੁਣ ਅੱਜ ਕੱਲ੍ਹ ਕੀ ਚੱਲ ਰਿਹਾ, ਅੱਜ ਕੱਲ੍ਹ ਕੀ ਆ, ਅੱਜ ਕੱਲ੍ਹ ਕੋਈ ਗਾਇਕੀ ਨਹੀਂ ਵਧੀਆ ਹੈਗੀ, ਕਲਾਕਾਰੀ ਨਹੀਂ ਵਧੀਆ ਹੈਗੀ, ਸਾਰੇ ਪਾਸੇ ਕੂੜ ਪ੍ਰਚਾਰ ਹੀ ਹੈ। ਚੰਗੇ ਜਿਹੜੇ ਗਾਣੇ ਆਏ ਨੇ, ਆਪਾਂ ਕਿਸਾਨੀ ਅੰਦੋਲਨ ਵਿੱਚ ਦੇਖਿਆ ਨਾ ਆਪਾਂ ਨੂੰ ਕਿੰਨਾ ਜਾਗਰੂਕ ਕਰਿਆ, ਚੰਗੇ ਜਿਹੜੇ ਗਾਣੇ ਆਪਣੇ ਧਾਰਮਿਕ ਜਾਂ ਆਪਾਂ ਨੂੰ ਚੰਗੇ ਗੀਤ ਹੁੰਦੇ ਨੇ ਉਹ ਆਪਾਂ ਨੂੰ ਕਿੰਨਾ ਜੋੜਦੇ ਨੇ। ਇੱਕ ਨੌਜਵਾਨ ਜਦੋਂ ਗਾਇਕ ਬਣਦਾ ਨਾ, ਇੱਕ ਯੂਥ, ਉਹ ਕਿਸੇ ਪਾਸੇ ਯੂਥ ਨੂੰ ਲੈ ਕੇ ਜਾ ਸਕਦਾ। ਹੁਣ ਤੁਸੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਯੂਥ ਦੀ ਬਹੁਤ ਵੱਡੀ ਆਈਡਲ ਬਣਨਾ, ਬਣਨੀ ਸ਼ੁਰੂ ਹੋ ਗਈ, ਠੀਕ ਹੈ? ਯੂਥ ਦੀ ਤੂੰ ਬਹੁਤ ਵੱਡੀ ਇੱਕ ਆਈਡਲ ਬਣਨੀ ਸ਼ੁਰੂ ਹੋ ਗਈ ਅਤੇ ਤੈਥੋਂ ਯੂਥ ਨੇ ਸਿੱਖਣਾ। ਹੁਣ ਇਹ ਤੈਨੂੰ ਗੱਲਾਂ ਸੋਸ਼ਲ ਮੀਡੀਆ 'ਤੇ ਚੰਗੀਆਂ ਚੀਜ਼ਾਂ ਉੱਥੇ ਬਣਾ ਕੇ ਤੁਸੀਂ ਪਾ ਸਕਦੇ। ਇੱਕ ਤਾਂ ਚੀਜ਼ ਹੁਣ ਤੇਰੇ ਕੋਲ ਫੋਨ ਦੇਗਾ, ਆਹ ਫੋਨ ਆ ਤੇਰੇ ਕੋਲ, ਹੈ ਨਾ? ਇਹ ਫੋਨ ਨੂੰ ਆਪਾਂ ਚੰਗੇ ਪਾਸੇ ਵਰਤ ਸਕਦੇ ਹਾਂ, ਠੀਕ ਹੈ? ਇਹ ਉਮਰ ਤੇਰੀ 15 ਸਾਲ ਦੀ ਉਮਰ ਦੇ ਵਿੱਚ ਤੁਸੀਂ ਜੋ ਚਾਹੋ ਉਹ ਬਣ ਸਕਦੇ ਹੋ। ਇਹ ਉਮਰ ਦੇ ਵਿੱਚ ਤੁਸੀਂ ਜਿੱਧਰ ਨੂੰ ਆਪਣੇ ਆਪ ਨੂੰ ਲੈ ਕੇ ਜਾਣਾ ਚਾਹੁੰਦੇ ਹੋ, ਕਿੰਨੀ ਮਰਜ਼ੀ ਕਾਮਯਾਬੀ ਪਾ ਸਕਦੇ ਹੋ। ਤੇਰੀ ਹੁਣ 15 ਸਾਲ ਤੋਂ 10 ਸਾਲ ਤੇਰੀ ਕੀਤੀ ਹੋਈ ਮਿਹਨਤ ਤੇਰੀ ਸਾਰੀ ਜ਼ਿੰਦਗੀ ਦੇ ਵਿੱਚ ਤੇਰੀ ਉਹ ਕੰਮ ਦੇਊਗੀ, ਜਿਹੜੀ ਆ ਤੇਰੀ 10 ਸਾਲ ਦੀ ਮਿਹਨਤ ਆ ਨਾ, ਪੜ੍ਹਨ ਦੇ ਵਿੱਚ ਲਾ ਲਾ, ਜੇ ਤਾਂ ਗਾਇਕ ਬਣਨਾ ਉਹਦੇ ਵਿੱਚ ਮਿਹਨਤ ਕਰ ਲਾ, ਕੋਈ ਅਫਸਰ ਬਣਨਾ ਉਹਦੇ ਵਿੱਚ ਮਿਹਨਤ ਕਰ ਲਾ, ਇੱਕ ਚੀਜ਼ ਚੁਣ ਲਾ ਵੀ ਜ਼ਿਆਦਾਤਰ ਮੈਂ ਇਹ ਬਣਨਾ, ਠੀਕ ਹੈ ਨਾ? ਇਸ ਕਰਕੇ ਤੇਰੀ ਉਹ ਮਿਹਨਤ ਜਿਹੜਾ ਹੁਣ ਗਲਤ ਪਾਸੇ ਧਿਆਨ ਨਹੀਂ ਜਾਣਾ ਚਾਹੀਦਾ, ਠੀਕ ਹੈ ਨਾ? ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਦੇਖਣਾ ਲੋਕਾਂ ਨੇ ਵੀ ਹਾਂ ਇਹ ਬੱਚੀ ਨੇ ਐਵੇਂ ਕਰਿਆ ਸੀ, ਹੈ ਨਾ? ਇੱਕ ਅਗਲੀ ਗੱਲ ਇਹ ਆ ਵੀ ਤੈਨੂੰ ਆਪਣੇ ਪਰਿਵਾਰ ਦੀ ਇੱਜ਼ਤ ਦਾ ਬਹੁਤ ਵੱਡਾ ਖਿਆਲ ਰੱਖਣਾ ਹੁੰਦਾ, ਮੁੰਡੇ ਲਈ ਵੀ ਉਨਾ ਹੀ ਆ, ਕੁੜੀ ਲਈ ਵੀ ਉਨਾ ਹੀ ਆ। ਕਿਉਂਕਿ ਹੁਣ ਮੁੰਡੇ ਕੀ ਆ, ਮੁੰਡੇ ਸਭ ਤੋਂ ਵੱਧ ਨਸ਼ਿਆਂ 'ਤੇ ਲੱਗਦੇ ਨੇ, ਮੁੰਡੇ ਕੁੜੀਆਂ ਤਾਂ ਵਿਚਾਰੀਆਂ ਆਪਣੇ ਪੰਜਾਬ 'ਚ ਨਸ਼ਾ ਕਰਦੀਆਂ ਨਹੀਂ, ਮੁੰਡੇ ਨਸ਼ਿਆਂ 'ਤੇ ਲੱਗਦੇ ਨੇ। ਮੁੰਡੇ ਜਿਹੜੇ ਨਸ਼ਿਆਂ 'ਤੇ ਲੱਗਦੇ ਨੇ ਕੀ ਉਹ ਆਪਦੇ ਮਾਂ ਬਾਪ ਦੀ ਇੱਜ਼ਤ ਖਰਾਬ ਕਰਦੇ ਨਹੀਂ ਹੈਗੇ, ਜੋ ਡੱਕ ਕੇ ਨਸ਼ਿਆਂ ਦੇ ਵਿੱਚ ਡਿੱਗਦੇ ਨੇਗੇ ਉਹ ਕਰਦੇ ਨੇਗੇ, ਕਿੰਨਾ ਆਪਦੇ ਮਾਂ ਬਾਪ ਦੀ ਇੱਜ਼ਤ ਖਰਾਬ ਕਰਦੇ ਨੇ। ਮੁੰਡਿਆਂ ਨੂੰ ਉਹ ਧਿਆਨ ਰੱਖਣ, ਨਸ਼ਿਆਂ ਤੋਂ ਬਚ ਕੇ ਰਹਿਣ, ਆਪਦੀ ਮਿਹਨਤ ਕਰਨ, ਉਹ ਅੱਗੇ ਵਧਣ। ਤੈਨੂੰ ਵੀ ਬੱਚੇ, ਤੈਨੂੰ ਆਹ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਹੈ ਨਾ? ਇਸ ਕਰਕੇ 15 ਸਾਲ ਦੀ ਜਿਹੜੀ ਉਮਰ ਹੁੰਦੀ ਆ ਇਹਦੇ ਬੱਚੇ, ਬੱਚਾ ਕੁਛ ਵੀ ਬਣ ਸਕਦਾ, ਠੀਕ ਹੈ ਨਾ? ਹੁਣ ਇਹ ਮੇਰੇ ਕੋਲ ਆਈ ਆ, ਸਾਡੀ ਧੀ ਆ, ਸਭ ਮੇਰੇ ਕੋਲ ਆਈ ਸਵੇਰੇ ਸਵੇਰੇ, ਮੈਂ ਕਾਫ਼ੀ ਗੱਲਾਂ ਕਰੀ ਗਏ ਇੱਥੇ ਬੈਠੇ, ਮੈਨੂੰ ਬਹੁਤ ਵਧੀਆ ਲੱਗੀਆਂ ਨੇ ਗੱਲਾਂ। ਇਹਦੀ ਖਾਸੀਅਤ ਇਹ ਆ ਕਿ ਦਿੱਲੀ ਅੰਦੋਲਨ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਜਿੱਥੇ ਵੀ ਕਿਤੇ ਕੋਈ ਧਰਨਾ ਆਉਂਦਾ, ਹਰ ਇੱਕ ਧਰਨੇ ਦੇ ਵਿੱਚ ਇਹ ਜਾਂਦੀ ਹੈ। ਇੱਕ ਤਾਂ ਸਕੂਲ ਨਹੀਂ ਦੇਖਦਾ ਮਿਸ ਕਰਨਾ, ਹੈ ਨਾ? ਸਕੂਲ ਦਾ, ਹੈ ਨਾ, ਵੀ ਪੜ੍ਹਾਈ ਨਹੀਂ ਤੇਰੀ ਖਰਾਬ ਹੋ ਜਾਵੇ, ਕਈ ਵਾਰੀ ਧਰਨੇ ਦੇ ਵਿੱਚ ਜਾਣ ਕਰਕੇ ਤੇਰੀ ਪੜ੍ਹਾਈ ਖਰਾਬ ਹੋ ਜਾਵੇ, ਪਰ ਜਦੋਂ ਤੇਰੇ ਕੋਲ ਛੁੱਟੀ ਤੂੰ ਉਦੋਂ ਜਾਇਆ ਕਰ, ਠੀਕ ਹੈ? ਪੜ੍ਹਾਈ ਨਾ ਖਰਾਬ ਕਰ ਲਈ, ਮੇਰੀ ਤੇਰੇ ਅੱਗੇ ਹੀ ਬੇਨਤੀ ਆ। ਚੰਗੀਆਂ ਕਿਤਾਬਾਂ ਲਿਖਣ ਦਾ ਹੋਰ ਕੀ ਕਹਿਣਾ ਚਾਹੁੰਦੀ ਆ, ਮੰਨ ਕੇ ਚੱਲ ਤੈਥੋਂ ਸਿੱਖਣਗੇ ਬਹੁਤ ਕੁਛ ਲੋਕ। ਇਹ ਹੋ ਸਕਦਾ ਤੇਰੀ ਵੀਡੀਓ ਇਹ ਮਾਂ ਬਾਪ ਆਪਦੇ ਜਵਾਕਾਂ ਨੂੰ ਦਿਖਾਉਣ ਕੀ ਸਿੱਖ ਕਿਵੇਂ ਕੁਝ ਦੱਸ, ਕੋਈ ਗੱਲਾਂ, ਕੋਈ ਚੰਗੀਆਂ ਗੱਲਾਂ। ਤੈਨੂੰ ਹੁਣ ਪੱਤਰਕਾਰ ਤੇਰੀ ਇੰਟਰਵਿਊ ਵੀ ਕਰਿਆ ਕਰਨਗੇ, ਚੰਗੀਆਂ ਗੱਲਾਂ ਦੱਸ ਮੈਨੂੰ। ਨਹੀਂ ਵੀਰੇ, ਮੈਂ ਤਾਂ ਐਂ ਕਹਿਣਾ ਚਾਹੁੰਦੀ ਹਾਂ, ਹੈ ਨਾ, ਆਪਾਂ ਨੂੰ ਆਪਣੇ ਮਾਂ ਬਾਪ, ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੀਦਾ। ਆਪਾਂ ਨੂੰ ਜੇ ਕੋਈ ਆਪਣੇ ਨੰਗੇ, ਆਪਾਂ ਨੂੰ ਮਾਣ ਹੋਣਾ ਚਾਹੀਦਾ ਜੀ, ਇਹ ਸਾਡੇ ਪੰਜਾਬ ਦੀ, ਸਾਡੇ ਜ਼ਿਲ੍ਹੇ ਦੀ ਧੀ ਹੈਗੀ ਇਹ। ਹਾਂਜੀ, ਮੈਨੂੰ ਸਿੱਧੂ ਵੀਰੇ ਨੇ ਵੀ ਐਂ ਕਿਹਾ ਸੀ ਜਦੋਂ ਮੈਂ ਉਹਨਾਂ ਨੂੰ ਮਿਲਣ ਗਈ, ਉਹਨਾਂ ਨੇ ਮੈਨੂੰ ਐਂ ਕਿਹਾ ਸੀ, ਕਹਿੰਦਾ ਅਸ਼ਮੀਨ, ਕਹਿੰਦਾ ਆਪਣੇ ਜ਼ਿਲ੍ਹੇ ਦਾ, ਆਪਣੇ ਗੋਦ ਦਾ, ਕਹਿੰਦਾ ਨਾਮ ਤੂੰ ਰੋਸ਼ਨ ਕਰਨਾ, ਕਹਿੰਦਾ ਇੱਕ ਦਿਨ ਐਡੀ ਵੱਡੀ ਬਣੀ ਤੂੰ, ਐਂ ਕਹੇਗੀ ਉਹ ਕੁੜੀ
ਸਿੱਧੂ ਮੂਸੇਵਾਲੇ ਭਾਈ ਨੇ ਤੈਨੂੰ ਇਹ ਗੱਲ ਕਹੀ ਸੀ? ਹਾਂਜੀ ਕਹਿੰਦਾ ਉਹਨਾਂ ਨੇ ਵੀ ਬਹੁਤ ਚੰਗੀਆਂ ਗੱਲਾਂ ਸਿਖਾਈਆਂ ਮੈਨੂੰ, ਕਹਿੰਦੇ ਕਿਸੇ ਬੰਨੀ ਧਿਆਨ ਨਹੀਂ ਦੇਣਾ ਆਪਦਾ ਆਪਣੇ ਆਪ ਦੀ ਲਾਈਫ 'ਤੇ, ਕਹਿੰਦਾ ਸੱਚ ਨਾਲ ਹਮੇਸ਼ਾ ਖੜਨਾ ਸਿੱਖੋ, ਕਹਿੰਦਾ ਸੱਚ ਜਿੱਥੇ ਕਹਿੰਦਾ ਬੰਦਾ ਸੱਚ ਬੋਲਦਾ ਉੱਥੇ ਖੜੋ, ਕਹਿੰਦਾ ਝੂਠੇ ਨਾਲ ਕੋਈ ਖੜਨ ਦੀ ਲੋੜ ਨਹੀਂ, ਨਾ ਕਿਸੇ ਤੋਂ ਡਰੋ, ਕਹਿੰਦਾ ਉਹ ਹਰ ਇੱਕ ਨੂੰ ਕਰਾ ਹੁੰਦਾ ਵੀ ਡਰੋ ਨਾ ਕਿਸੇ ਤੋਂ, ਇਹ ਵੈਰੀ ਗੁੱਡ। ਉਹ ਕਹਿੰਦੇ ਕਹਿੰਦਾ ਇੱਕ ਵਾਰੀ ਜਾਣ ਦੇਣੀ, ਕਹਿੰਦਾ ਬਾਰ ਬਾਰ ਤਾਂ ਦੇਣੀ ਨਹੀਂ, ਕਹਿੰਦਾ ਡਰ ਕੇ ਰਹਿਣ ਦੀ ਕੋਈ ਲੋੜ ਨਹੀਂ, ਨਾ ਕਹਿੰਦਾ ਕਿਸੇ ਤੋਂ ਖਾਧਾ ਨਾ ਕਿਸੇ ਤੋਂ ਲੈਤਾ, ਕਹਿੰਦਾ ਨਾ ਕਿਸੇ ਤੋਂ ਦੇਣਾ। ਅੱਛਾ ਹਾਂਜੀ, ਹੋਰ ਬੇਟਾ ਫਿਰ ਕੀ ਹੋਈ, ਹੋਰ ਸੁਣਾ ਕੋਈ ਗੱਲ ਜਿਹੜਾ ਤੈਂ ਹੁਣ ਕਹਿਣਾ ਚਾਹੁੰਦੀ ਹੈ ਕਿ ਆਪਣਾ ਕੋਈ ਸੁਣਾ ਦੇ ਮੜਾ ਗਾ ਕੇ ਜਾਂ ਕੁਛ ਹੋਰ ਸੁਣਾ। ਇੱਕ ਮਿੰਟ ਤੈਨੂੰ ਗੱਲ ਆਉਂਦਾ, ਕਲਾਕਾਰ ਲੀਡਰ ਜਾਂ ਕੋਈ ਵੀ ਸਮਾਜ ਦੇ ਵਿੱਚ ਜਿਹਦਾ ਨਾਮ ਵੱਡਾ ਹੁੰਦਾ ਹੈ ਉਹ ਪਤਾ ਕਿਵੇਂ ਬਣਦੇ ਨੇਗੇ, ਜਿਹੜਾ ਬੰਦਾ ਕਿਤੇ ਕਿਸੇ ਤੋਂ ਸੰਗੂਗਾ ਨਹੀਂ, ਖਾਸ ਕਰਕੇ ਹੁਣ ਤੈਨੂੰ ਹੁਣ ਜਿਵੇਂ ਤੂੰ ਸਟੇਜ 'ਤੇ ਨਹੀਂ ਸੰਗਦੀ ਕਿਤੇ, ਹੁਣ ਸੰਗਣ ਤੇਰੀ ਸੰਗ ਹੁੰਦੀ ਜਾਂਦੀ ਹੈ, ਸੰਗਣਾ ਸੰਗਣਾ ਫਿਰ ਉਹ ਸੁਣਾ ਹੁਣ ਤੇਰੀ ਕਲਾ ਦਾ ਵੀ ਪਤਾ ਲੱਗੇ, ਤੂੰ ਸੰਗ ਰਹੀ ਹੈ ਸੰਗਣਾ ਕਿਵੇਂ? ਪੁੱਤ ਪਹੁੰਚ ਗਿਆ ਪਿੰਡ ਰੂਹ ਰਹਿ ਗਈ ਹਾਲ ਦਾਖ, ਤਾਂ ਮਰੀ ਨਾ ਤੂੰ ਬੇਬੇ ਮੇਰੀ ਵੇਖ ਵੇਖ ਲਾਸ਼, ਪੁੱਤ ਪਹੁੰਚ ਗਿਆ ਪਿੰਡ ਰੂਹ ਰਹਿ ਗਈ ਹਾਲ ਦਾਖ, ਤਾਂ ਮਰੀ ਨਾ ਤੂੰ ਬੇਬੇ ਮੇਰੀ ਵੇਖ ਵੇਖ ਲਾਸ਼, ਤੇਰਾ ਨਸੀਬਾਂ ਵਾਲਾ ਪੁੱਤ ਬੇਨਸੀਬ ਹੋ ਗਿਆ, ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ, ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ, ਕਿਵੇਂ ਛੱਡ ਆਉਂਦਾ ਮੰਨਣੀ ਸਿਖਾਈ ਨਾ ਤੁਹਾਰ, ਤੈਨੂੰ ਮੇਰੇ ਨਾਲ ਸੀ ਮੈਨੂੰ ਵਰਦੀ ਨਾ ਪਿਆਰ, ਤੈਨੂੰ ਮੇਰੇ ਨਾਲ ਸੀ ਮੈਨੂੰ ਵਰਦੀ ਨਾ ਪਿਆਰ, ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ, ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ, ਆਉਣਾ ਡੱਬੇ ਵਿੱਚ ਬੰਦ ਰਹਿਣਾ ਮਾਪਿਆਂ ਤੋਂ ਦੂਰ, ਸਾਡਾ ਫੌਜੀਆਂ ਦਾ ਬੇਬੇ ਰਹਿਣਾ ਹੀ ਦਸਤੂਕ, ਆਉਣਾ ਡੱਬੇ ਵਿੱਚ ਬੰਦ ਰਹਿਣਾ ਮਾਪਿਆਂ ਤੋਂ ਦੂਰ, ਸਾਡਾ ਫੌਜੀਆਂ ਦਾ ਬੇਬੇ ਰਹਿਣਾ ਹੀ ਦਸਤੂਕ, ਰਸਤੇ ਨਾ ਲੱਭੀ ਚੰਨ ਈਦ ਹੋ ਗਿਆ, ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ, ਹੁਣ ਦੇਖੇਂਗੀ ਤੂੰ ਨਾਮ ਅੱਗੇ ਲੱਗਿਆ ਸ਼ਹੀਦ ਹੂ, ਫੋਟੋ ਸੀਨੇ ਨਾਲ ਲਾਲੀ ਜਿੰਦੇ ਲੱਗਿਆ ਨਾ ਜੀ, ਫੋਟੋ ਸੀਨੇ ਨਾਲ ਲਾਲੀ ਜਿੰਦੇ ਲੱਗਿਆ ਨਾ ਜੀ, ਉਡੀਕ ਕਰੀ ਨਾਨੀ ਮਾਏ ਮੈਂ ਸ਼ਹੀਦ ਹੋ ਗਿਆ, ਉਡੀਕ ਕਰੀ ਨਾਨੀ ਭੈਣੇ ਮੈਂ ਸ਼ਹੀਦ ਹੋ ਗਿਆ, ਉਡੀਕ ਕਰੀ ਨਾ ਓ ਬਾਪੂ ਮੈਂ ਸ਼ਹੀਦ ਹੋ ਗਿਆ, ਮੈਂ ਸ਼ਹੀਦ ਹੋ ਗਿਆ। ਜਿਹੜਾ ਇਹਨੇ ਗੀਤ ਲਿਖਿਆ ਸੀ ਪਹਿਲਾਂ ਗੱਲਾਂ ਕਰ ਰਹੇ ਸੀਗੇ, ਕੌਣ ਚਲਾ ਗਿਆ ਸੀ ਉਹ? ਮੇਰੀ ਭੂਆ ਜੀ ਦੇ ਮੁੰਡੇ ਦਾ, ਇਹਨਾਂ ਦੇ ਭੂਆ ਜੀ ਦੀ ਬੇਟੇ ਦੀ ਸ਼ਹੀਦ ਹੋ ਗਿਆ ਸੀਗਾ, ਹਨਾ? ਹਾਂਜੀ, ਫੌਜ ਦੇ ਵਿੱਚ ਇਹਨਾਂ ਦੇ ਭੂਆ ਜੀ ਦਾ ਬੇਟਾ ਸ਼ਹੀਦ ਹੋ ਗਿਆ ਸੀਗਾ, ਉਦੋਂ ਦੇਖ ਲੈ ਇਹਨੇ ਗੀਤ ਲਿਖਿਆ ਸੀਗਾ, ਕਿੱਡਾ ਵੱਡਾ ਇਹਦੇ ਦਿਮਾਗ ਦੇ ਵਿੱਚ ਇਹ ਗੱਲਾਂ ਆਈਆਂ ਤੇ ਕਿੰਨਾ ਹੋਰ ਕੋਈ ਫਿਰ ਕੋਈ ਗੱਲ ਜਿਹੜੀ ਦੱਸਣਾ ਚਾਹੁੰਦੇ ਹੋ? ਜਿਵੇਂ ਜੂਥ ਨੂੰ ਦੱਸਦੇ ਜਿਵੇਂ ਮੈਂ ਡਰਦੀ ਘਬਰਾਉਂਦੀ, ਦੱਸੋ ਉਹ ਗੱਲ ਦੱਸਦੇ, ਹਰ ਇੱਕ ਧਰਨੇ 'ਚ ਮੂਹਰੇ ਲਾ ਲੈਂਦੀ ਸਾ ਉਹਨੂੰ, ਧਰਨੇ 'ਚ ਪੂਰਾ ਬੋਲਦੀ ਹੈ ਨਾ? ਹਾਂਜੀ, ਮੇਰੇ ਐਂ ਕਹਿਣੀ ਮੈਂ ਕਿਹਾ ਪੰਜਾਬ ਨੂੰ ਪਹਿਲਾਂ ਇੱਕ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹੁਣ ਵੀ ਆਪਾਂ ਪੰਜਾਬ ਨੂੰ ਨਸ਼ਿਆਂ ਨੂੰ ਖਤਮ ਕਰਨਾ ਚਾਹੀਦਾ, ਅੱਜ ਕੱਲ੍ਹ ਜਵਾਨੀ, ਕਿਉਂਕਿ ਅੱਜ ਕੱਲ੍ਹ ਸਾਰਿਆਂ ਨੂੰ ਆਪਣੇ ਯੂਥ 'ਤੇ ਬੜਾ ਮਾਣ ਹੈ, ਜਵਾਨੀ 'ਤੇ। ਜਿਹੜਾ ਉਹ ਮਾਨ ਸਾਹਿਬ ਆਪਣੇ ਝੋਟੇ ਵਾਲਾ ਮਸਲਾ ਹੋਇਆ ਉਹਦੇ ਬਾਰੇ ਕਹਿਣਾ ਤਾ? ਉਹਦੇ ਬਾਰੇ ਵੀ ਐਂ ਕਹਿੰਦੀ ਸੀ ਵੀਰੇ, ਉਦੋਂ ਮੈਂ ਸਕੂਲ ਗਈ ਹੋਈ ਸੀ ਜਦੋਂ ਬੋਲੇ ਸੀਗੇ, ਮੈਨੂੰ ਆ ਕੇ ਕਹਿ ਕੇ ਗਏ ਸੀ ਸਾਡੇ ਪਿੰਡ ਦੇ ਪ੍ਰਧਾਨ ਜੀ, ਜਿਹੜੇ ਕਹਿੰਦੇ ਬੇਟੇ ਜਾਓਗੇ ਤੁਸੀਂ? ਨਹੀਂ ਉਹ ਤਾਂ ਠੀਕ ਹੈ, ਤੁਸੀਂ ਗੱਲ ਨਾਲ ਮੈਂ ਸਹਿਮਤ ਹਾਂ ਵੀ ਉਹ ਸਰਕਾਰ ਵਿੱਚ ਕੀ ਕਰ ਰਹੀ, ਸਰਕਾਰ ਗਲਤ ਹੈ ਸਹੀ ਹੈ? ਗਲਤ ਹੈ ਵੀਰੇ, ਗਲਤ ਹੈ, ਜਮਾ ਸਿਰ ਖੁਦ ਗਲਤ ਹੈ, ਜੇ ਮੇਰੇ ਮੂਹਰੇ ਭਗਵਾਨ ਤੁਮਾਨ ਨੂੰ ਲੈ ਕੇ ਖੜਾ ਦੋ ਨਾ, ਉਹ ਤਾਂ ਇੰਨੇ ਖਰੇ ਖਰੇ ਸਵਾਲ ਪੁੱਛੂ, ਉਹਨੂੰ ਸਵਾਲ ਨਹੀਂ ਆਉਣਾ। ਵੈਰੀ ਗੁੱਡ, ਇੱਕ ਹਰਸਿਮਰਤ ਘੇਰ ਕੇ ਸਵਾਲ, ਸਭ ਤੋਂ ਵੱਡੀ ਖਾਸੀਅਤ ਗੱਲ ਇਹ ਹੈ ਕਿ ਇਹਨੇ ਹਰਸਿਮਰਤ ਕੌਰ ਬਾਦਲ ਨੂੰ ਜਦੋਂ ਇਹਨਾਂ ਦੇ ਪਿੰਡ ਵੋਟਾਂ ਮੰਗਣ ਆਈ ਇਹਨੇ ਘੇਰਿਆ ਸੀਗਾ, ਹਨਾ?
ਕਿੱਡੀ ਵੱਡੀ ਖਾਸੀਅਤ ਆ ਦੇਖੋ ਤਾਂ ਜਜ਼ਬਾ ਕਿੰਨਾ ਹਰਸਿਮਰਤ ਕੌਰ ਬਾਦਲ ਇਹਨਾਂ ਦੇ ਪਿੰਡ 'ਚ ਵੋਟਾਂ ਮੰਗਣ ਆ ਗਈ ਉਹਨੇ ਘੇਰ ਕੇ ਕਿਹੜੇ ਕਿਹੜੇ ਸਵਾਲ ਕਰੇ ਸੀ ਤਾਂ ਦੱਸ ਹਾਂਜੀ ਵੀਰ ਜੀ ਉਹ ਅੰਕਲ ਵੀ ਆਈ ਸੀ ਸਾਡੇ ਪਿੰਡ ਤੇ ਵੀਰੇ ਮੈਂ ਤਾਂ ਉਹੀ ਪੈਸੇ ਲੱਗੀ ਜਾ ਰਹੀ ਸੀ ਮੈਨੇ ਨਾ ਦਿਮਾਗ 'ਚ ਆਇਆ ਮੈਂ ਕਿਹਾ ਇਹਨੂੰ ਕੁਛ ਕਹਿਣਾ ਮੈਂ ਕਿਹਾ ਤੇ ਉਹ ਕਹਿ ਰਹੀ ਸੀ ਕਹਿੰਦੀ ਵੋਟਾਂ ਪਾਓ ਕਹਿੰਦੀ ਸੁਧਾਰ ਲਿਆਵਾਂਗੇ ਮੈਂ ਕਿਹਾ ਹੁਣ ਕਿਹੜੇ ਸੁਧਾਰ ਦੀ ਗੱਲ ਕਰਦੇ ਹੋ ਮੈਂ ਕਿਹਾ ਹੁਣ ਤੁਹਾਨੂੰ ਵੋਟਾਂ ਨੀ ਪੈਣੀਆਂ ਕਾਨੂੰਨਾਂ ਬਾਰੇ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਕਾਨੂੰਨਾਂ ਬਾਰੇ ਬੋਲ ਰਹੇ ਸੀ ਮੈਂ ਉਹਨਾਂ ਨੂੰ ਮੈਂ ਕਿਹਾ ਮੈਂ ਇੱਕ ਸੌ ਤੋਂ ਸਵਾਲ ਪੁੱਛਣਾ ਚਾਹੁੰਦੀ ਹਾਂ ਖੜੀ ਹੋ ਗਈ ਹਾਂ ਮੈਨੂੰ ਕਹਿੰਦੀ ਇੱਕ ਨੀ ਦੋ ਪੁੱਛ ਮੈਂ ਕਿਹਾ ਮੈਂ ਤਿੰਨ ਪੁੱਛੂ ਤੇ ਕਹਿੰਦੀ ਕਾਲੇ ਕਾਨੂੰਨ ਏਦਾਂ ਮੈਂ ਕਿਹਾ ਮੇਰੀ ਗੱਲ ਸੁਣੋ ਮੈਂ ਕਿਹਾ ਕਾਲੇ ਕਾਨੂੰਨ ਮੈਂ ਕਿਹਾ ਪਹਿਲਾਂ ਸਾਈਨ ਕਿਹਨੇ ਕੀਤਾ ਸੀ ਮੈਂ ਕਿਹਾ ਤੁਸੀਂ ਕੀਤੇ ਸੀ ਮੈਂ ਕਿਹਾ ਤੁਹਾਡੇ ਬਾਰ ਮੂਹਰੇ ਤਿੰਨ ਦਿਨ ਧਰਨਾ ਲੱਗਦਾ ਰਿਹਾ ਮੈਂ ਕਿਹਾ ਤੁਸੀਂ ਕਿਹਾ ਸੀ ਪਿੰਡ ਲਈ ਐਂ ਕੀਤਾ ਪਿੰਡ ਲਈ ਉਹ ਕੀਤਾ ਮੈਂ ਕਿਹਾ ਪਿੰਡ ਦੇ ਲੋਕ ਤੁਹਾਡੇ ਖਿਲਾਫ਼ ਖੜੇ ਨੇ ਜਦੋਂ ਅਸੀਂ ਉੱਥੇ ਮੈਂ ਵੀਰੇ ਧਰਨੇ 'ਤੇ ਬੋਲ ਰਹੀ ਸੀ ਮੈਨੂੰ ਇੱਕ ਬਾਬਾ ਜੀ ਆ ਕੇ ਕਹਿੰਦੇ ਬੇਟੇ ਤੂੰ ਬਹੁਤ ਵਧੀਆ ਬੋਲਿਆ ਉਹਨਾਂ ਦੇ ਨਾ ਪਿੰਡ ਦੇ ਲੋਕਾਂ ਨੇ ਵੀਰੇ ਟਿਊਬਵੈੱਲਾਂ ਹੀ ਛੱਡਤੀਆਂ ਸੀ ਜੀ ਉਹਨਾਂ ਦੇ ਜੀ ਮੋਟਰਾਂ ਮੋਟਰਾਂ ਪਾਣੀ ਦੀਆਂ ਬਥੇਰੀਆਂ ਸਹੂਲਤਾਂ ਦਿੱਤੀਆਂ ਸੀ ਉਹਨਾਂ ਨੇ ਧਰਨੇ ਵਾਸਤੇ ਤੇ ਮੈਂ ਕਿਹਾ ਤੁਸੀਂ ਪੜ੍ਹੇ ਲਿਖੇ ਹੋ ਜੀ ਮੈਂ ਕਿਹਾ ਪਹਿਲਾਂ ਕਾਲੇ ਕਾਨੂੰਨਾਂ 'ਤੇ ਮੈਂ ਕਿਹਾ ਸਾਈਨ ਤੁਸੀਂ ਕੀਤੇ ਸੀ ਮੈਂ ਕਿਹਾ ਅਸਤੀਫਾ ਦੇ ਦਿਓ ਤੁਸੀਂ ਤੇ ਫਿਰ ਉਹ ਮੂਹਰੇ ਉਹ ਉਹਨਾਂ ਦੇ ਨਾਲ ਸੀਗੇ ਜਿਹੜੇ ਉਹ ਕਹਿੰਦੇ ਵੱਡੇ ਨੇ ਸੋ ਉੱਥੋਂ ਐਂ ਨਾ ਬੋਲੋ ਅਸੀਂ ਕਿਹਾ ਸਾਥੋਂ ਵੱਡੇ ਨੇ ਇਹਨਾਂ ਨੇ ਮਜਬੂਰ ਕਰਤਾ ਸਾਨੂੰ ਬੋਲਣ ਲਈ ਮੈਂ ਕਿਹਾ ਕੌਣ ਕਹਿੰਦਾ ਜੀ ਅਸੀਂ ਐਡੇ ਵੱਡੇ ਨੂੰ ਐਂ ਬੋਲੀਏ ਮੈਂ ਕਿਹਾ ਮੈਂ ਗਲਤ ਨਹੀਂ ਹੈਗੀ ਮੈਂ ਕਿਹਾ ਮੇਰੇ ਜਿਹੜੇ ਅੰਦਰੋਂ ਜਜ਼ਬਾਤ ਨੇ ਮੈਂ ਕਿਹਾ ਉਹ ਸਹੀ ਨੇ ਅੱਛਾ ਹਾਂਜੀ ਵੈਰੀ ਗੁੱਡ ਦੇਖ ਲਓ ਮੌਜੂਦਾ MP ਤੇ ਚਲੋ ਉਹਨਾਂ ਦਾ ਸ਼ਾਸਨ ਜਿਹੜਾ ਤਕੜਾ ਰਿਹਾ ਕਿ ਉਹਨੂੰ ਵੀ ਸਵਾਲ ਕਰਨੇ ਇਹੀ ਕਲਾ ਹੁੰਦੀ ਹੈ ਇਹ ਕਲਾ ਹੁੰਦੀ ਹੈ ਇੱਕ ਬੱਚੇ 'ਚ ਇੱਕ ਜਜ਼ਬਾ ਹੁੰਦਾ ਇੱਥੋਂ ਹੀ ਜਿਹੜੇ ਕਿ ਜਿਹਨਾਂ ਲੋਕਾਂ ਨੇ ਦੁਨੀਆ ਦੇ ਵੱਡੇ ਤਰੱਕੀ ਕਰੀ ਆ ਮੰਜ਼ਲਾਂ ਨੂੰ ਛੋਇਆ ਉਹ ਆਹੀ ਟਿੱਬਿਆਂ ਟੌਲਿਆਂ 'ਚੋਂ ਨਿਕਲ ਕੇ ਆਹੀ ਇਹੋ ਜਿਹੇ ਚੀਜ਼ਾਂ 'ਚੋਂ ਨਿਕਲ ਕੇ ਐਵੇਂ ਵੱਡੇ ਬਣੇ ਨੇ ਹੁਣ ਇਹਦੇ ਵਿੱਚ ਇੱਕ ਚਿਣਗ ਬਹੁਤ ਵੱਡੀ ਮੈਂ ਦੇਖ ਰਿਹਾ ਕੁੜੀ ਦੇ ਵਿੱਚ ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰੇ ਕਿ ਇਹਦੀ ਜਿਹੜੀ ਚਿਣਗ ਹੈ ਇੱਕ ਚਿੰਗਿਆਰੀ ਹੈ ਜਿਹੜੀ ਕਿ ਇਹਨੂੰ ਬਹੁਤ ਉੱਪਰ ਤਿਕਰ ਲੈ ਕੇ ਜਾ ਸਕਦੀ ਹੈ ਉੱਚੀਆਂ ਬੁਲੰਦੀਆਂ ਨੂੰ ਛੂ ਸਕਦੀ ਹੈ ਅਤੇ ਹੈ ਨਾ ਬੇਟਾ ਹਾਂਜੀ ਬਹੁਤ ਤੇਰੇ 'ਚ ਕਲਾ ਬਹੁਤ ਜ਼ਿਆਦਾ ਇੱਕ ਜਜ਼ਬਾ ਤੇਰੇ 'ਚ ਇੱਕ ਜਜ਼ਬਾ ਇੱਕ ਕਲਾ ਹੈ ਠੀਕ ਹੈ ਤੇਰੇ 'ਚ ਬਹੁਤ ਜ਼ਿਆਦਾ ਹੈ ਕਿਉਂਕਿ ਹਮੇਸ਼ਾ ਜਿਹੜੇ ਬੰਦੇ ਨੇ ਮਾੜਾ ਸਮਾਂ ਦੇਖਿਆ ਮਾੜਾ ਸਮਾਂ ਹੰਢਾਇਆ ਮੈਨੂੰ ਤੇਰਾ ਪਤਾ ਉਹ ਮਾੜੇ ਸਮੇਂ ਦਾ ਆਪਾਂ ਗੱਲਾਂ ਕਰੀਆਂ ਨੇ ਮੇਰੀ ਵੀ ਸਥਿਤੀ ਇੱਦਾਂ ਦੀ ਰਹੀ ਹੈ ਅਤੇ ਤੁਸੀਂ ਵੀ ਉਸ 'ਚ ਨਿਕਲ ਰਹੇ ਹੋ ਇਹੀ ਚੀਜ਼ ਹੁੰਦੀ ਹੈ ਜਿਹੜੀ ਉੱਪਰ ਦੇਖ ਅੱਜ ਤੱਕ ਜਿਸ ਨੂੰ ਮਰਜ਼ੀ ਲਾ ਲਓ ਅਮਰੀਕਾ ਦਾ ਰਾਸ਼ਟਰਪਤੀ ਗਾਇਕ ਜਿਹਦੀਆਂ ਵੀ ਗੱਲਾਂ ਕਰੋਗੇ ਚਾਹੇ ਐਕਟਰ ਦੀਆਂ ਗੱਲਾਂ ਕਰੋਗੇ ਉਹ ਜਿਹੜੇ ਮਾੜੇ ਸਮੇਂ 'ਚ ਨਿਕਲਿਆ ਹੋਈ ਆ ਅਮੀਰਾਂ ਦੇ ਧੀ ਪੁੱਤੋਂ ਬੁਲੰਦੀਆਂ ਨੂੰ ਨਹੀਂ ਛੋਹ ਸਕਦੇ ਠੀਕ ਹੈ ਅਮੀਰਾਂ ਦੇ ਧੀ ਪੁੱਤ ਕਦੇ ਉਹ ਬੁਲੰਦੀਆਂ ਨੂੰ ਨਹੀਂ ਛੋਹ ਸਕਦੇ ਜਿਹੜੇ ਕਿ ਵੱਡੀਆਂ ਇੱਥੋਂ ਨਿਕਲ ਕੇ ਛੋਹਦੇ ਨੇ ਇਹ ਬਸ ਇੰਨੀ ਗੱਲ ਯਾਦ 'ਚ ਰੱਖੀ ਆਹ ਜਿਹੜੇ ਪਿੰਡਾਂ 'ਚੋਂ ਨਿਕਲੇ ਹੋਏ ਆਹ ਜਿਹੜੇ ਟਿੱਬਿਆਂ 'ਚੋਂ ਨਿਕਲੇ ਹੋਏ ਆਹ ਜਿਹੜੇ ਕੁੰਡੀਆਂ ਝੋਪੜੀਆਂ 'ਚ ਨਿਕਲੇ ਹੋਏ ਬੰਦੇ ਇਹੀ ਤਰੱਕੀਆਂ ਕਰਦੇ ਨੇ ਠੀਕ ਹੈ ਇਹੀ ਬੁਲੰਦੀਆਂ ਨੂੰ ਛੋਹਣਾ ਠੀਕ ਆ ਤਰੱਕੀ ਉਹ ਬੰਦੇ ਕਰ ਸਕਦੇ ਨੇ ਬੰਦੇ ਜਿਹੜੇ ਵੀਰਾਂ ਦੇ ਹੁੰਦੇ ਨੇ ਪਰ ਉਨੀ ਆਪਣਾ ਜਿਵੇਂ ਬੁਲੰਦੀ ਨੂੰ ਛੋਹਣਾ ਉਹ ਆਪਾਂ ਹੀ ਛੋਹ ਸਕਦਾ ਆਪਣੇ ਜੀ ਕਲਾ ਉਹ ਆਪਣੇ ਜੀ ਜਜ਼ਬਾ ਹੈ ਹਰ ਇੱਕ ਚੀਜ਼ ਦੇ ਵਿੱਚ ਪਾਉਣ ਲਈ ਜਜ਼ਬਾ ਚਾਹੀਦਾ ਉਹਨਾਂ ਲੋਕਾਂ 'ਚ ਉਹ ਜਜ਼ਬਾ ਹੈ ਨਹੀਂ ਤੇਰੇ 'ਚ ਉਹ ਜਜ਼ਬਾ ਹੈਗਾ ਠੀਕ ਆ ਨਾ ਠੀਕ ਆ ਹਾਂ ਹੋਰ ਵੀ ਗੱਲ ਕਰਦੀ ਬੰਦ ਹੁਣ ਇਹਨੇ ਅਸਲ ਦੇ ਵਿੱਚ ਮੇਰੀ ਇਹ ਮੇਰੀ ਧੀ ਆ ਮੇਰੀ ਭੈਣ ਆ ਇਹ ਕਹਿੰਦੀ ਮੇਰੇ ਨਾਲ ਕੋਈ ਇੰਟਰਵਿਊ ਨਹੀਂ ਕਰਦਾ ਹੁਣ ਤੇਰੀ ਇੰਟਰਵਿਊ ਸਾਰੇ ਕਰਿਆ ਕਰਨਗੇ ਤੇਰੀ ਵੀਡੀਓ ਲੋਕਾਂ ਨੇ ਇੰਨੀ ਵਾਇਰਲ ਕਰ ਦੇਣੀ ਹੈ ਕਿ ਤੈਨੂੰ ਬੁਲਾ ਕੇ ਪੁੱਛਿਆ ਕਰਨਗੇ ਵੀ ਕਿੱਥੇ ਹੈ ਕੁੜੀ ਹੈ ਇੰਨਾ ਤੂੰ ਦੇਖੀ ਜਾਏ ਤੈਨੂੰ ਇੰਨਾ ਜ਼ਿਆਦਾ ਪਛਾਣ ਮਿਲਣੀ ਹੈ ਠੀਕ ਹੈ ਕੀ ਕਹਿੰਦੇ ਅਨਮੋਲ ਕਾ ਤੇਰੇ ਨਾਲ ਗੱਲ ਕਰਨੇ ਦਸ 'ਚ ਉਹ ਕਰਾਵਾਂ ਤੇਰੀ ਖੜ ਜਾ ਇਹ ਮੇਰੀ ਗੱਲ ਸੁਣ ਅਨਮੋਲ ਤੈਨੂੰ ਖਾਸੀਅਤ ਦੱਸਦਾ ਦੀ ਖਾਸੀਅਤ ਪਤਾ ਕੀ ਹੈ ਇਹ ਸਾਰੇ ਅੰਦੋਲਨਾਂ ਦੇ ਧਰਨੇ ਸਾਰਾ ਥਾਵਾਂ 'ਤੇ ਜਾਂਦੀ ਹੈ ਇਹ ਬਹੁਤ ਖਾਸੀਅਤ ਬਹੁਤ ਤਕੜਾ ਲਿਖਦੀ ਹੈ ਬਹੁਤ ਵਧੀਆ ਗਾਉਂਦੀ ਅਰੇ ਬਹੁਤ ਵਧੀਆ ਬੇਟਾ ਸ਼ਾਬਾਸ਼ 15 ਸਾਲ ਦੀ ਉਮਰ ਹੈ ਦੀ ਵਾਹ ਜੀ ਵਾਹ ਕਿਹੜੀ ਕਲਾਸ 'ਚ ਹੋ ਕਲਾਸ 1 ਜੀ ਦੇ ਸ਼ਾਬਾਸ਼ ਮੈਂ ਆਪਣੀ ਕੰਮ ਕਰਨਾ ਹੈ ਪਿਛਲੇ 4 ਦਿਨਾਂ ਤੋਂ ਮੇਰੇ ਤੁਹਾਡੇ ਆਂਜੀ 'ਚ ਫੋਨ ਲਗਾ ਰਹੀ ਸੀ ਮੈਂ ਕਿਹਾ ਵੀਰ ਜੀ ਨਾਲ ਗੱਲ ਕਰਾ ਦਿਓ ਕਹਿੰਦੇ ਵੀਰ ਜੀ ਨੇ ਕੋਈ ਗੱਲ ਨਹੀਂ ਫਿਰ ਫੋਨ ਜਾ ਰਿਹਾ ਹੈ ਬੇਟਾ ਦੇਖ ਤੇ ਬਹੁਤ ਬਹੁਤ ਸਿੱਧੂ ਨੇ ਨਾ ਇਹਦੀ ਵੀਡੀਓ ਵੀ ਵਾਇਰਲ ਹੋਈ ਹੋਈ ਆ ਬਾਈ ਨਾਲ ਅੱਛਾ ਇਹ ਸਾਡੇ ਨਾਲ ਇੱਧਰ ਸਾਡੇ ਪਿੰਡਾਂ ਦੀ ਆ ਕੁੜੀ ਬਹੁਤ ਐਦਾਂ ਹੋਆ ਠੀਕ ਆ ਨਹੀਂ ਨਹੀਂ ਬਹੁਤ ਵਧੀਆ ਬੇਟਾ ਬਹੁਤ ਵਧੀਆ ਸ਼ਾਬਾਸ਼ ਲੈ ਕਰ ਲੈ ਕੋਈ ਨਾ ਠੀਕ ਹੈ ਇਹ ਇਹ ਉਹਨਾਂ ਬੰਦਿਆਂ ਨੂੰ ਪਸੰਦ ਕਰਦੀ ਹੈ ਇਹ ਗਾਇਕਾਂ ਨੂੰ ਪਸੰਦ ਨਹੀਂ ਕਰਦੀ ਇਹਦੀ ਖਾਸੀਅਤ ਇਹਦੇ 'ਚ ਇਹ ਹੈ ਇਹ ਕਲਾਕਾਰਾਂ ਨੂੰ ਪਸੰਦ ਨਹੀਂ ਕਰਦੀ ਠੀਕ ਹੈ ਅਨਮੋਲ ਠੀਕ ਹੈ ਵੀਰੇ ਓਕੇ ਬਾਏ
ਵੀਰੇ।